ਅੱਜ ਦਿੱਲੀ ਕੂਚ ਕਿਸਾਨ ਕਰਨਗੇ ਔਰ ਉਸ ਤੋਂ ਪਹਿਲਾਂ ਕਿਸ ਤਰੀਕੇ ਦੀ ਤਿਆਰੀ ਹੈ, ਕੀ ਰੋਡਮੈਪ ਹੈ, ਗੱਲਬਾਤ ਕਰ ਲੈਂਦੇ ਹਾਂ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਹੋਰਾਂ ਦੇ ਨਾਲ। ਸੁਰਜੀਤ ਜੀ, ਪੂਰੀ ਤਿਆਰੀ ਜਿਹੜੀ ਉਹ ਨਜ਼ਰ ਆ ਰਹੀ, ਅੱਖਾਂ 'ਤੇ ਵੀ ਹੰਝੂ ਗੈਸ ਦੇ ਲਈ ਤੁਸੀਂ ਤਿਆਰੀ ਕੱਸੀ ਹੋਈ ਹੈ, ਔਰ ਇਹ ਕੀ ਹੈ, ਇਸ ਦੇ ਬਾਰੇ ਵੀ ਜਾਣਕਾਰੀ? ਇਹ ਮਾਸਕ ਹੈ ਜੀ, ਇਹ ਚੜ੍ਹਦੀ ਕਲਾ, ਇਹ ਮਾਸਕ ਹੈ ਜੀ। ਹਾਂਜੀ, ਅਤੇ ਬਿਲਕੁਲ ਤਿਆਰੀ ਹੈ ਜੀ। ਵੇਖੋ, ਸਾਡਾ 11 ਵਜੇ ਅਸੀਂ ਅਨਾਊਂਸ ਕੀਤਾ ਸੀਗਾ ਵੀ 11 ਵਜੇ ਅੱਗੇ ਵਧਿਆ ਜਾਊਗਾ ਰੁੱਖਾਂ ਪਾਸੇ ਕਰਨ ਦੀ ਖਾਤਰ, ਅਤੇ ਪਰ ਆਗੂਆਂ ਨੂੰ ਜਿਨ੍ਹਾਂ ਨੇ ਮੂਹਰੇ ਅਗਵਾਈ ਕਰਨੀ ਹੈ, ਕਮਾਂਡ ਕਰਨੀ ਹੈ, ਜਾਂ ਜਿਹੜੇ ਫੋਰਸ ਹੈ ਜਿਨ੍ਹਾਂ ਨੇ ਉਹ ਕਮਾਂਡ ਦੇ ਆਧਾਰ 'ਤੇ ਆਪਣੀ ਕਾਰਵਾਈ ਕਰਨੀ, ਐਕਸ਼ਨ ਕਰਨਾ, ਉਹ ਸਾਰੇ 8 ਵਜੇ ਹੋਣਗੇ ਮੇਰਾ ਖਿਆਲ ਹੈ। 8 ਵਜੇ ਲਗਭਗ ਸਾਰੇ ਦੇ ਸਾਰੇ ਤਿਆਰ ਹੈ, ਸਾਨੂੰ ਦੇਸੀ ਰਹੇ ਆ ਸਾਰੇ ਮਾਸਕ। ਹਰਿਆਣਾ ਗਵਰਨਮੈਂਟ ਨੇ ਬੜੀ ਤਿਆਰੀ ਕੱਸੀ ਹੋਈ ਹੈ, ਉੱਥੇ ਬੈਰੀਕੇਟਿੰਗ ਹੈ, ਟਾਕਰਾ ਹੋ ਸਕਦਾ ਵੈ, ਕਈ ਲੋਕ ਫੱਟੜ ਵੀ ਹੋ ਸਕਦੇ ਨੇ। ਦੇਖੋ ਜੀ, ਅਸੀਂ ਲਗਭਗ 13 ਤੋਂ ਲੈ ਕੇ ਅੱਜ 21 ਹੋ ਗਈ, ਅਸੀਂ ਤਾਂ ਇਹੀ ਕਹਿ ਰਹੇ ਹਾਂ ਸਰਕਾਰ ਨੂੰ ਵੀ ਅਸੀਂ ਸਾਡਾ ਕੋਈ ਟਾਕਰਾ ਕਰਨ ਦਾ ਮਨੋਰਥ ਨਹੀਂ, ਸਾਡਾ ਕੋਈ ਦਿੱਲੀ ਜਾਣਾ ਵੀ ਛੱਡ ਦਾਂਗੇ, ਅਸੀਂ ਸਾਡਾ ਮੰਗਾਂ ਮਨਾਉਣਾ ਹੈਗਾ। ਮੰਗਾਂ 'ਤੇ ਜਿਹੜੀਆਂ ਉਹਨਾਂ ਨੂੰ ਦਿੱਤਾ 10 ਨਿਕਾਤੀ ਮੰਗ ਪੱਤਰ, ਉਹਨਾਂ 'ਤੇ ਤੁਸੀਂ ਉਹੋ ਜਿਹਾ ਸਾਡਾ ਸਲਿਊਸ਼ਨ ਕਰ ਦੇਣ, ਜਾਇਜ਼ ਆ, ਕੋਈ ਐਂ ਨਹੀਂ ਵੀ ਨਵੀਆਂ ਮੰਗਾਂ ਨੇ ਜਿਹੜੀਆਂ ਪਿਛਲੇ ਸਮੇਂ 'ਚ ਮੰਨੀਆਂ ਹੋਈਆਂ ਮੰਗਾਂ ਨੇ ਬਹੁਤੀਆਂ ਤਾਂ, ਅਤੇ ਉਹ ਮੰਗਾਂ ਹੈ। ਜਿਹੜਾ ਇਹ ਪ੍ਰਸਤਾਵ ਕਿਉਂ ਰੱਦ ਕੀਤਾ ਗਿਆ ਜਿਹੜਾ ਭੇਜਿਆ ਗਿਆ, ਉਹ ਤਾਂ 5 ਫਸਲਾਂ 'ਤੇ MSP ਦੇਣ ਦਾ ਜ਼ਿਕਰ ਕਰ ਰਹੇ ਆ, ਉਸ ਦੇ ਵਿੱਚ ਕੀ ਖਾਮੀ ਕੀ ਹੈ? ਪ੍ਰਸਤਾਵ ਤਾਂ ਦੇਖੋ ਜੀ, ਕੰਟਰੈਕਟ ਵਾਲੀ ਇੱਕ ਉਹ ਹੈਗਾ ਠੇਕਾ ਖੇਤੀ ਵਾਲਾ ਕੰਟਰੈਕਟ ਐਗਰੀਕਲਚਰ, ਉਹਦਾ ਅਸੀਂ ਪਹਿਲਾਂ ਕਾਨੂੰਨਾਂ 'ਚ ਰੱਦ ਕਰਕੇ ਹਟੇ ਹਾਂ। ਫਰਕ ਇਹ ਹੈਗਾ ਵੀ ਜਿਹੜਾ ਪ੍ਰਾਈਵੇਟ ਕੰਟਰੈਕਟ ਖੇਤੀ ਸੀਗੀ ਕਾਰਪੋਰੇਟਾਂ ਨਾਲ, ਉਹਦੀ ਬਜਾਏ ਹੁਣ ਸਰਕਾਰ ਦੀਆਂ ਜੋ ਏਜੰਸੀਆਂ ਹੈਗੀਆਂ ਨੇ ਉਹਨਾਂ ਦਾ ਕੰਟਰੈਕਟ ਹੈ ਉਹ ਕੰਟਰੈਕਟ ਹੀ 5 ਫਸਲਾਂ 'ਤੇ ਹੈਗਾ, 5 ਸਾਲਾਂ ਲਈ ਹੈਗਾ, ਅਤੇ ਉਹਦੀਆਂ ਕੰਡੀਸ਼ਨਾਂ ਹੈਗੀਆਂ ਨੇ ਵੀ ਜਿਹੜੀਆਂ ਕੰਡੀਸ਼ਨਾਂ ਪੂਰਾ ਕਰੂਗਾ ਕੋਈ ਉਹਨੂੰ ਉਹ MSP ਮਿਲੂ, ਦੂਜੇ ਨੂੰ ਨਹੀਂ। ਇਸ ਕਰਕੇ ਅਸੀਂ ਸਭ ਸਮਝਦੇ ਹਾਂ ਵੀ ਉਹ ਜਿਹੜਾ ਸਾਡੀ ਮੇਨ ਮੰਗ ਹੈਗੀ ਆ ਵੀ MSP 'ਤੇ ਕਾਨੂੰਨੀ ਗਰੰਟੀ ਖਰੀਦ 'ਤੇ ਕਾਨੂੰਨੀ ਗਰੰਟੀ ਹੋਵੇ, ਉਹ ਤੋਂ ਇੱਕ ਸਾਈਡ ਟਰੈਕ ਕਰਨ ਵਾਲੀ ਗੱਲ ਹੈ ਜੀ। ਠੀਕ ਹੈ, ਤਾਂ ਹੰਝੂ ਗੈਸ ਤੋਂ ਬਚਣ ਦੇ ਲਈ ਖਾਸ ਤੌਰ 'ਤੇ ਮਾਸਕ ਔਰ ਇਸ ਤਰੀਕੇ ਦੀ ਤਿਆਰੀ ਹੈ, ਇਹ ਪੂਰੀ ਤਿਆਰੀ ਹੈ ਕਿ ਹੰਝੂ ਗੈਸ ਤੋਂ ਬਚਣ ਦੇ ਲਈ ਹੈ ਕਿ ਅੱਖਾਂ 'ਤੇ ਅਸਰ ਨਾ ਹੋਵੇ, ਸਾਹ ਲੈਣ 'ਚ ਦਿੱਕਤ ਨਾ ਆਵੇ, ਪੂਰੀ ਤਿਆਰੀ ਜਿਹੜੀ ਉਹ? ਹਾਂਜੀ ਹਾਂਜੀ ਹਾਂਜੀ, ਪੂਰੀ ਤਿਆਰੀ ਹੈ ਜੀ, ਕਿਉਂਕਿ ਤਿਆਰੀ ਬਿਨਾਂ ਤਾਂ ਅੱਗੇ ਵਧੇ ਨਹੀਂ ਸਕਦੇ। ਜੋ ਹਾਲਾਤ ਉਹਨਾਂ ਨੇ ਬਣਾਏ ਹੋਏ ਨੇ, ਅਸੀਂ ਜਾਣਾ ਨਿਹੱਥੇ, ਜੋ ਸਾਡੀ ਲੀਡਰਸ਼ਿਪ ਸਾਰੀ ਦਾ ਫੈਸਲਾ ਹੋਇਆ ਵੀ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਣਾ ਚਾਹੁੰਦੇ ਹਾਂ। ਜੋ ਸਰਕਾਰ ਨੂੰ ਅਸੀਂ ਕਿਹਾ ਵੀ ਹੈ, ਜਿਹੜਾ ਹੁਣ ਉਹ ਹਾਲਾਤ 'ਤੇ ਉਤਰੇ ਹੋਏ ਹੈ, ਉਹਦੇ ਕਰਕੇ ਸਾਨੂੰ ਇੰਨਾ ਕੁ ਬਚਾਅ ਆਪਣਾ ਕਰਨਾ ਪੈਣਾ, ਅੱਖਾਂ ਦਾ ਵੀ ਬਚਾਅ ਕਰਨਾ ਪੈਣਾ, ਮੂੰਹ ਦਾ ਵੀ, ਕਿਉਂਕਿ ਸਰਕਾਰ ਇੱਥੇ ਤੱਕ ਗਿਰ ਚੁੱਕੀ ਹੈ ਵੀ ਨਾ ਤਾਂ ਉਹ ਕੋਈ ਗੋਲੀਆਂ ਚਲਾਉਣ 'ਚ ਟੈਨਸ਼ਨ ਲੈ ਰਹੀ ਹੈ, ਵੀ ਉਹਨੂੰ ਇਹ ਮਤਲਬ ਨਹੀਂ ਵੀ ਅੱਗੇ ਇਨਸਾਨ ਨੇ, ਉਹ ਇੱਦਾਂ ਸਮਝ ਰਹੇ ਵੀ ਜਿੱਦਾਂ ਕੋਈ ਦੂਜੇ ਮੁਲਕ ਦੇ ਆ ਕੇ ਲੋਕ ਇੱਥੇ ਹਮਲਾ ਕਰਨ ਲੱਗੇ ਹੋਏ ਨੇ। ਸਾਨੂੰ ਤਾਂ ਇਹ ਲੱਗਣ ਲੱਗਿਆ ਵੀ ਸਾਨੂੰ ਆਪਣੇ ਦੇਸ਼ ਦੇ ਵਾਸੀ ਸਮਝਦੇ ਨੇ। JCB ਵੀ ਲਿਆਂਦੀਆਂ ਗਈਆਂ ਵੈ, JCB ਇਹ ਹੈ ਜੀ, ਦੇਖੋ ਜੇ ਹੁਣ ਸਮਾਂ ਮੁੰਡੇ ਲੈ ਕੇ ਆ ਗਏ, ਕੋਈ ਗੱਲ ਨਹੀਂ, JCB ਪਹੁੰਚਿਆ ਹੋਇਆ, ਤੁਸੀਂ ਦੇਖਿਆ ਵੀ ਨੇ, ਜੇ ਜ਼ਰੂਰਤ ਪਈ ਜਿੱਦਾਂ ਜ਼ਿਆਦਾ ਕੋਈ ਮਾਹੌਲ ਦਿਖਦਾ ਹੋਇਆ ਤਾਂ ਹੋ ਸਕਦਾ JCB ਦੀ ਵੀ ਜ਼ਰੂਰਤ ਪੈ ਜੇ। ਸਰ ਜੀ, ਸੀ ਗੱਲ ਨਿਬੜੇਗੀ ਕਿਵੇਂ, ਗੱਲਬਾਤ ਦਾ ਸਿਲਸਿਲਾ ਦੁਬਾਰਾ ਸ਼ੁਰੂ ਹੋਏਗਾ, ਕੀ ਹੁਣ ਕੀ ਡਿਮਾਂਡ ਹੈ ਕਿ ਇਹ ਚੀਜ਼ਾਂ ਪੂਰੀਆਂ ਕਰੋ, ਉਸ ਤੋਂ ਬਾਅਦ ਹੀ ਅਸੀਂ ਜਾਵਾਂਗੇ, ਕਿਉਂਕਿ ਸੈਂਟਰ ਨੇ ਜੋ ਪ੍ਰਪੋਜ਼ਲ ਦਿੱਤਾ ਉਹ ਨਕਾਰ ਦਿੱਤਾ, ਤੁਸੀਂ ਦੱਸੋ ਕਿ ਇੱਥੇ ਗੱਲ ਬਣੇਗੀ ਜਾਂ ਇਹ ਗੱਲਾਂ ਸੈਂਟਰ ਸੁਣੇ? ਦੇਖੋ ਜੀ, ਗੱਲਬਾਤ ਜਿਹੜੀ 18 ਤਰੀਕ ਨੂੰ ਹੈ ਨਾ, ਉਹ ਅਸੀਂ ਨਹੀਂ ਤੋੜੀ, ਜਿਹੜੇ ਕੇਂਦਰੀ ਮੰਤਰੀ ਆ ਪਿਊਸ਼ ਗੋਇਲ ਆ ਉਹਨਾਂ ਨੇ ਐਂ ਕਹਿ ਕੇ ਤੋੜਤੀ ਵੀ ਆਹ ਪਹਿਲਾਂ ਪ੍ਰਪੋਜ਼ਲ ਆ ਜਿਹੜੀ ਦਿੱਤੀ ਆ 5 ਫਸਲਾਂ 'ਤੇ ਠੇਕਾ ਖੇਤੀ ਵਾਲੀ, ਇਹ ਪ੍ਰਪੋਜ਼ਲ 'ਤੇ ਤੁਸੀਂ ਜੈਸ ਕਰੋ ਵੀ ਹਾਂ ਸਾਨੂੰ ਪ੍ਰਵਾਨ ਹੈ, ਬਾਕੀ ਮੰਗਾਂ 'ਤੇ ਚਰਚਾ ਵੀ ਫੇਰ ਕਰਾਂਗੇ, ਉਹਨਾਂ ਚਿਰ ਚਰਚਾ ਵੀ ਨਹੀਂ ਕਰਨੀ। ਇੰਝ ਕਹਿ ਕੇ, ਇੱਕ ਮਿੰਟ, ਤੁਸੀਂ ਕਹਿ ਰਹੇ ਹੋ, ਸੁਣ ਲਓ, ਇੰਝ ਕਹਿ ਕੇ ਵਨ ਸਾਈਡਡ ਆਪਦਾ ਐਲਾਨ ਕਰਕੇ ਉਹ ਖੜੇ ਹੋ ਗਏ ਕੁਰਸੀ ਤੋਂ, ਉਹ ਤੋਂ ਬਾਅਦ ਅਸੀਂ ਖੜੇ ਹੋ ਗਏ। ਇਸ ਕਰਕੇ ਗੱਲਬਾਤ ਉਹਨਾਂ ਨੇ, ਅਸੀਂ ਨਹੀਂ ਤੋੜੀ ਇਹ ਗੱਲਬਾਤ, ਉਹਨਾਂ ਨੇ ਤੋੜੀ ਹੈ। ਕਿਹੜੀ ਕਿਹੜੀ, ਜੇਕਰ ਸੈਂਟਰ ਦੇ ਮੰਤਰੀ ਸੁਣ ਰਹੇ ਹੋਣ, ਇਹ ਚੀਜ਼ਾਂ ਤੁਸੀਂ ਪ੍ਰਪੋਜ਼ਲ ਦੇ ਸਕਦੇ ਹੋ ਜਾਂ ਇਹ ਚੀਜ਼ਾਂ ਦਿਵੋ ਤਾਂ ਅਸੀਂ
ਜਿਹੜਾ ਵਾ ਵਿਚਾਰ ਕਰਾਂਗੇ ਅਸੀਂ ਉਹਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਹੈਗਾ ਉਹ 10 ਮੰਗਾਂ ਵਾਲਾ ਅਸੀਂ ਉਹਨਾਂ ਨੂੰ ਕਹਿੰਦੇ ਵੀ 10 ਦੀਆਂ 10 ਮੰਗਾਂ ਬਾਰੇ ਤੁਸੀਂ ਇੱਕ ਮੰਗ ਬਾਰੇ ਨਾ ਕਰੋ ਤੁਸੀਂ 10 ਮੰਗਾਂ ਬਾਰੇ ਆਪਦੀ ਪ੍ਰਪੋਜ਼ਲ ਲੈ ਆਓ ਸਰਕਾਰ ਵੀ ਆਹ 10 ਮੰਗਾਂ ਨੂੰ ਆਹ ਇਹਨੂੰ ਅਸੀਂ ਫੁੱਲ ਪ੍ਰਵਾਨ ਕਰਦੇ ਹਾਂ ਇਹਨੂੰ ਅਸੀਂ ਅੱਧੀ ਪ੍ਰਵਾਨ ਕਰਦੇ ਹਾਂ ਇਹਨੂੰ ਅਸੀਂ ਨਹੀਂ ਪ੍ਰਵਾਨ ਕਰਦੇ ਕੋਈ 10 ਮੰਗਾਂ ਬਾਰੇ ਆਪਣਾ ਜਿਹੜਾ ਪ੍ਰਪੋਜ਼ਲ ਲੈ ਕੇ ਆਉਣ ਤੇ ਅਸੀਂ ਵਿਚਾਰ ਲਾਂਗੇ ਉਹਦੇ 'ਚ ਜੇ ਸਾਡੀ ਤਸੱਲੀ ਹੁੰਦੀ ਹੋਈ ਠੀਕ ਹੈ ਤਾਂ ਤਸਵੀਰ ਇਸ ਵੇਲੇ ਦਿਖਾਉਣਾ ਚਾਹੁੰਦੇ ਹਾਂ ਕਿ ਪੂਰੀ ਤਿਆਰੀ ਜਿਹੜੀ ਹੈ ਉਹ ਕਸੀ ਹੋਈ ਹੈ ਲੈਣੇ ਭੰਦੇਰ ਸਾਹਿਬ ਅੱਜ ਦੀ ਕੀ ਰਣਨੀਤੀ ਕੀ ਹੈ ਦੇਖੋ ਪੀਸਫੁਲੀ ਢੰਗ ਨਾਲ ਆਪਣਾ ਕਾਰਜਕ੍ਰਮ ਕਰਾਂਗੇ ਅਸੀਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਵੀ ਉਹ ਅੱਗੇ ਆ ਕੇ ਸਥਿਤੀ ਨੂੰ ਕੰਟਰੋਲ ਕਰਨ ਜਿਹੜੀਆਂ JCB ਲਿਆਂਦੀਆਂ ਗਈਆਂ ਉਸ ਨੂੰ ਲੈ ਕੇ ਨਾਰਾਜ਼ਗੀ ਔਰ DG ਹਰਿਆਣਾ ਨੇ ਪੰਜਾਬ ਨੂੰ ਵੀ ਚਿੱਠੀ ਲਿਖੀ ਦੇਖੋ ਪੰਜਾਬ ਸਰਕਾਰ ਵੀ ਤਿਆਰ ਕਿ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਹੈ ਦੂਸਰਾ ਹੈ ਜੋਸ਼ ਤੇ ਹੋਸ਼ ਇਹ ਬੇਹੱਦ ਜ਼ਰੂਰੀ ਹੈ ਔਰ ਨੌਜਵਾਨ ਤੋੜਨ ਦੀ ਗੱਲ ਕਰ ਰਹੇ ਕਿ ਬੈਰੀਕੇਡ ਪੱਟ ਕੇ ਤੋੜ ਕੇ ਲੈ ਜਾਵਾਂਗੇ ਕਿਸ ਤਰੀਕੇ ਨਾਲ ਮੰਗਾਂ ਮਨਾਉਣੀਆਂ ਜ਼ਰੂਰੀ ਆ ਬਾਕੀ ਕੰਮ ਜ਼ਰੂਰੀ ਨਹੀਂ ਹੈਗਾ ਕਿਸਾਨ ਦੇ ਵੱਲੋਂ ਔਰ ਇਸ ਵਾਰ ਕਿਉਂਕਿ ਕਾਫੀ ਜ਼ਿਆਦਾ ਪੁਲਿਸ ਵੀ ਤੈਨਾਤ ਕੀਤੀ ਗਈ ਹੈ ਤਾਂ ਕਿਸਾਨਾਂ ਦੇ ਵੱਲੋਂ ਵੀ ਪੂਰੀ ਤਿਆਰੀ ਹੈ 11 ਵਜੇ ਜਿਹੜਾ ਅੱਗੇ ਵਧਣ ਦਾ ਐਲਾਨ ਕੀਤਾ ਜਾਏਗਾ ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਭਾਈ ਨਿਊਜ਼ 18 ਸ਼ੰਭੂ ਬਾਰਡਰ